सलाम नुक नादिन रेड एस टी प्रोडक्शन नालों मैं हाँ तुहाडा मेज़बान ज़ुबैर मिर्ज़ा ते तुसी देख रहे हो जुगतां बड़ा एफ्रो नादिन 14 अगस्त ते अज असीं मौजूद हाँ अलाड़े पारक जिन्हों इकबाल स्टेडियम दे कोल है ते इत्थे काफ़ी ज़्यादा आवाम खड़ी है कि अपने राणा साहब भी आए थे पर वो गवाच गए ने बदनाम ही करना लिया हर पास ही राणा तू क्यों मैनू बदनाम करता रहना यार बंदर लगूगा मेरे का वज़ीरे आज़म दी इज्जत करो क्यों बदनाम इज्जत इज्जत भी नाम है कोई यार इज्जत करो तेरे यार भाई इज्जत ता करी ना जे तू नु काम सीधे करे नहीं है ना मेनू तुसी ए मेनू बनाना वा फिर ए सोच बंद कर दियो ਤੁਹਾਡੇ ਕੋਲ ਵੋਟਾਂ ਮੰਗਣਾ ਆਏ ਆ ਇੱਕ ਦਿਨ ਵਾਸਤੇ ਵਜ਼ੀਰ ਆਜ਼ਮ ਬਣਨਾ ਵਾ ਇਹਦਾ ਮੂੰਹ ਹੀ ਸ਼ਰੀਰ ਦਾ ਖਿਲਾਫ ਨਾਦਿਨ ਇੱਕ ਪਹਿਲਵਾਨ ਸਾਨੂੰ ਮਿਲ ਗਿਆ ਵਾ 14 ਅਗਸਤ ਮਨਾ ਰਿਹਾ ਫੁੱਲ ਖਰੋਸ਼ੋ ਰੋਜ ਦੇ ਨਾਲ ਹਾਂ ਪਹਿਲਵਾਨ ਕੀ ਨਾਮ ਆ ਤੇਰਾ ਮੇਰਾ ਨਾਮ ਫਰਹਾਨ ਫਰਹਾਨ ਕੀ ਕਰਦਾ ਪੜਦਾ ਪੜਦਾ ਕਿੰਨੀ ਵਿੱਚ 9 ਵਿੱਚ ਕੌਮੀ ਚ ਪੜਦਾ ਅੱਛਾ ਇਹਦੇ ਬਾਰੇ ਕੁਝ ਕਹਿਣਾ ਹੋਵੇ ਇਹਨੂੰ ਅਗਰ ਤੁਸੀਂ ਵਜ਼ੀਰ ਆਜ਼ਮ ਬਣਾ ਦਿਓ ਕੋਈ ਜੁਕਤ ਆਂਦੀ ਹੋਵੇ ਇਹ ਬਹੁਤ ਫਾਰਗ ਬੰਦਾ ਹੈਗਾ ਉਹ ਕਿਦਾਂ ਬਸ ਚੱਲੋ ਇਹਨਾਂ ਦਾ गुड्डी मरे ਭਾਈ ਨੇ ਸਹੀ ਗਿਆ ਵਾ ਮੱਥਾ ਪਤੰਗ ਤੂੰ ਵੀ ਐਦਾਂ ਦੇ ਬੰਦੇ ਪਸੰਦ ਤੇ 600 ਰੁਪਿਆ ਦਿਹਾੜੀ ਤੇ ਰੱਖੇ ਹੁੰਦੇ ਪੁੱਤ ਗੁੱਡੀ ਨਹੀਂ ਚੜਾਉਣੀ ਡੋਰ ਨੂੰ ਨਹੀਂ ਹੱਥ ਲਾਉਣਾ ਸਿਰਫ ਕੰਨੀਆਂ ਦੇਣੀ ਕੰਨੀਆਂ ਦੇਣੀਆਂ ਬਹੁਤ ਐਦਾਂ ਦਾ ਲੋਹੜ ਦੀ ਬਾਚੀ ਬੈਂਦਾ ਆਹਾ ਕੰਡਕਟਰ ਐਦਾਂ ਐਦਾਂ ਅੱਬਾ ਖੋਤਾ ਰੇੜੀ ਲੈ ਆਂਦਾ ਵਾ ਪਹਿਲੀ ਵਾਰੀ ਲਾ ਲੈਂਦਾ ਪੁੱਛ ਕਿਉਂ ਕਿਉਂ ਕਹਿੰਦਾ ਪਹਿਲੀ ਵਾਰੀ ਮੈਂ ਬਹਿਣਾ ਨਹੀਂ ਐ ਨਾ ਜੀ ਹੁਣ ਆ ਸੁਣੋ ਇੱਧਰ ਆ ਸੁਣੋ ਡਾਕਟਰ ਕੋਲ ਜਾਂਦਾ ਦਵਾਈ ਲੈਣ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੈਨੂੰ ਕੋੜੀ ਦਵਾਈ ਨਾ ਦਿਓ ਮੈਨੂੰ ਮਿੱਠੀ ਦਿਓ ਡਾਕਟਰ ਅੱਧਾ ਕਿਲੋ ਜਲੇਬੀਆਂ ਲਿਖ ਦਿੰਦਾ ਬਸ ਕਿਦੋਂ ਸ਼ਦੀਦ ਕਿਸਮ ਦੀ ਬਾਰਿਸ਼ ਪਵੇ ਨਾ ਤੇ ਇਦਾਂ ਦੇ ਕੀੜੇ ਬਾਹਰ ਨਿਕਲਦੇ ਹੁੰਦੇ ਆ ਅੱਛਾ ਮੈਂ ਨਹੀਂ ਮੈਂ ਬਸ ਆਇਓ ਰਾਣਾ ਦਾ ਪਾਪਾ ਹੋਰ ਕਿਸੇ ਦੇ ਕੋਲ ਵੀ ਚੱਲਦੇ ਆ ਤੁਹਾਨੂੰ ਅੱਜ ਅਸੀਂ ਵਜ਼ੀਰ ਆਜ਼ਮ ਬਣਾ ਕੇ ਵਜ਼ੀਰ ਆਜ਼ਮ ਬਣਾਉਣਾ ਕੀ ਨਾਮ ਹੈ ਅਰਸਲਾਨ ਹੈ ਅਰਸਲਾਨ ਇਹਨੂੰ ਤੇ ਲਾ ਕਿੰਨੀ ਘੁੱਟੀ ਆਵਾਜ਼ ਨਾਲ ਬੋਲਦਾ ਪਿਆ ਉਹ ਪਾਲਾ ਅਰਸਲਾਨ ਅੱਛਾ ਤੁਹਾਡਾ ਨਾਮ ਕੀ ਮੁਹੰਮਦ ਸ਼ਹਜ਼ਾਦ ਅੱਛਾ ਤੁਸੀਂ ਬਾਹਰ ਕੇ ਕੀ ਜ਼ਾਹਰ ਕਰਨਾ ਚਾਹੁੰਦੇ ਹੋ 14 ਅਗਸਤ ਤੇ ਅੱਜ ਹਾਂਜੀ ਇੰਜੋਏ ਕਰਨਾ ਚਾਹੁੰਦੇ ਇੰਜੋਏ ਕਿਦਾਂ ਦਾ ਕਰਨਾ ਚਾਹੁੰਦੇ ਆ ਤੇ ਡਰਾ ਨਹੀਂ ਰਿਹਾ ਦੇਖੋ ਨਾ वज़ीर आज़म नहीं चलना कूड़े का ठेका लाके दो ਗਟਰਾਂ ਦਾ ਨਾ ਲੈ ਦੀ ਨਹੀਂ ਗਟਰਾਂ ਦਾ ਇਹਦੇ ਵਾਸਤੇ ਸਰੀਆ ਹੋਣਾ ਚਾਹੀਦਾ ਇਹਦੇ ਕੋਲ ਅੱਛਾ ਚਲੋ ਤੁਸੀਂ ਨਾਲ ਪਾਰਟਨਰ ਬਣੀ ਹੋ ਹਾਂ ਜੀ ਇਨਸ਼ਾਅੱਲਾ ਇਹ ਨਾਲ ਹੈਲੋ ਤੇ ਨਾ ਇੱਕ ਬੰਦਾ ਤਿਆਰ ਹੋ ਗਿਆ मूह दे खुसरे नाला हुंदा जादूगर दा लेला हुंदा बेवा खुसरा ਭਾਈ ਦਾ ਮੂੰਹ ਵੇਖ ਕੇ ਤਾਂ ਕਿੱਲੀ ਤੇ ਆਂ ਬੜਨ ਗਿਆ ਇਹਦਾ ਮੂੰਹ ਵੇਖ ਕੇ ਮਰਾਸੀਆਂ ਦਾ ਧੜਾ ਹੁੰਦਾ ਸੋਣਾ ਮਾ ਉਹ ਭਾਈ ਦਾ
ਮੈਂ ਕਿਹਾ ਭਾਈ ਵਾਲ ਵੇਖੋ ਜਿਹਦਾ ਉੱਡਣਾ ਸੱਪ ਹੁੰਦਾ ਚਲੋ ਮੋਟਾ ਲਾ ਕੇ ਨਾਦਾ ਮੋੜਿਆ ਹੁੰਦਾ ਕੀ ਮੋਟਾ ਲਾ ਕੇ ਨਾਦਾ ਮੋਟਾ ਲਾ ਕੇ ਆਇਆ ਕੀ ਉਹ ਅੱਖਾਂ ਤੇ ਸਹੀ ਰੱਖ ਮੂੰਹ ਸਹੀ ਰੱਖ ਸਭ ਕੁਛ ਆ ਦੌਲਤ ਹੈ ਸ਼ਾਹ ਕੀ ਆਵੇ ਪੂਰਾ ਲੱਗਦਾ ਪਿਆ ਤੂੰ ਆ ਭਾਈ ਜਨਾਜ਼ੇ ਤੋਂ ਕੁੱਟ ਖਾ ਲੈਂਦਾ ਮੈਂ ਮੂਝੇ ਕਿਉਂ ਕੁੱਟ ਖਾਦੀ ਕਹਿੰਦਾ ਮੈਂ ਕਹਿੰਦਾ ਮੈਂ ਇਕੱਲੇ ਨੇ ਚੁਕਣਾ ਜਨਾਜ਼ਾ ਸੁੱਤਾ ਕਾਰ ਦੇ ਸੁੱਤਾ ਪਿਆ ਲੱਤਾਂ ਖਿੱਚ ਕੇ ਨਾ ਬਾਹਰ ਨਿਕਲੇ ਏਡਾ ਤੂੰ ਮਕਾਨਾ ਕਰੇਂਦਾ ਨਹੀਂ ਆ ਨਾ ਇਹਦਾ ਇੱਕ ਭਰਾ ਨਾ ਕੁੱਬਾ ਹੁੰਦਾ ਮੈਂ ਕਿਹਾ ਉਹ ਕਿੱਥੇ ਕਹਿੰਦਾ ਉੱਥੇ ਟੀਮੀ ਰੱਖਿਆ ਅੱਛਾ ਅੱਛਾ ਇਹਦਾ ਵੀ ਭਰਾ ਕੁੱਬਾ ਹੁੰਦਾ ਉਹਨੂੰ ਚੰਦ ਵੇਖ ਲੈ ਨਹਿਰ ਤੇ ਭੇਜ ਦਿੰਦੇ ਆ ਇਹਦਾ ਇੱਕ ਭਰਾ ਕੁੱਬਾ ਸੀ ਇਹਦਾ ਇੱਕ ਭਰਾ ਗੁੱਬਾ ਸੀ ਉਹਦੀ ਅੰਮੀ ਨੇ ਇਹਦੀ ਅੰਮੀ ਨੂੰ ਦੁੱਧ ਲੈਣ ਭੇਜਿਆ ਕੜਾਈ ਥੱਲੇ ਘੁੰਮ ਕੇ ਆ ਗਿਆ ਕਹਿੰਦਾ ਅੰਮੀ ਦੀ ਕਾਰ ਬੰਦ ਨਾਦਰੀ ਕਿਹਾ ਕਿ ਤੁਸੀਂ ਆਪ ਹੀ ਦੇਖ ਰਹੇ ਹੋ ਸਾਨੂੰ ਗੱਲ ਕਰਨ ਦਾ ਕੋਈ ਮੌਕਾ ਹੀ ਨਹੀਂ ਦੇਣ ਦਿਆ ਸੀ ਇੰਨੇ ਉੱਥੇ ਰਸ਼ ਅਤੇ ਰਾਣਾ ਸਾਹਿਬ ਦਾ ਖਾਬ ਸੀਗਾ ਵਜ਼ੀਰ ਆਜ਼ਮ ਬਣਨਾ ਉਹਦੇ ਵਿੱਚ ਹੀ ਰਹਿ ਗਿਆ ਹੁਣ ਮੈਨੂੰ ਤੁਸੀਂ ਵਜ਼ੀਰ ਆਜ਼ਮ ਨਹੀਂ ਬਣਾਇਆ ਦੇਖੋ ਤੁਸੀਂ ਮੈਨੂੰ ਨਾਲ ਲੈ ਕੇ ਆਏ ਗਿਆ ਮੈਂ ਤੁਹਾਨੂੰ ਵਜ਼ੀਰ ਆਜ਼ਮ ਬਣਾਊਂ ਮਗਰ ਤੁਸੀਂ ਵਜ਼ੀਰ ਆਜ਼ਮ ਬਣਾਇਆ ਹੀ ਨਹੀਂ ਮੈਨੂੰ ਦੇਖੋ ਤੁਸੀਂ ਚੱਲ ਕੋਈ ਨਹੀਂ ਅਗਲੀ ਵਾਰੀ ਜਦੋਂ ਬਣਾਉਂਦੇ ਨਾਦਰ ਇਸੇ ਦੇ ਨਾਲ ਸਾਨੂੰ ਇਜਾਜ਼ਤ ਦਿਓ ਹੁਣ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਨਾਲ ਅੱਲਾ ਹਾਫਿਜ਼ ਆ